Happy birthday to you. जोर से जोर ये ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਹਾਡਾ ਸਾਰਿਆਂ ਦੇ ਇੱਕ ਵਾਰੀ ਫਿਰ ਤੋਂ ਵੈਲਕਮ ਕਰਦੇ ਹਾਂ ਹੋਪਫੁਲੀ ਤੁਸੀਂ ਸਾਰੇ ਘੈਂਟ ਹੋਵੋਗੇ ਅਤੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਅੱਜ ਬੜੇ ਦਿਨਾਂ ਬਾਅਦ ਤੁਹਾਡੇ ਨਾਲ ਇੱਕ ਨਵਾਂ ਵਲੋਗ ਲੈ ਕੇ ਹਾਜ਼ਰ ਹੋਇਆ ਅਤੇ ਜਿਨ੍ਹਾਂ ਨੇ ਹਾਲ ਤੱਕ ਪੁਰਾਣੇ ਵਲੋਗ ਨਹੀਂ ਦੇਖੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਪੁਰਾਣੇ ਸਾਰੇ ਵਲੋਗ ਦੇਖ ਲਿਓ ਜੇ ਹਾਲ ਤੱਕ ਤੁਸੀਂ ਨਹੀਂ ਦੇਖੇ ਅਤੇ ਅੱਜ ਆਪਾਂ ਜਾ ਰਹੇ ਹਾਂ ਜੀ ਐਂਬੀਅੰਸ ਮੋਲ ਹੁਣ ਐਂਬੀਅੰਸ ਮੋਲ ਕਿਉਂ ਜਾ ਰਹੇ ਹਾਂ ਕਿਉਂਕਿ ਸਾਡੇ ਪਾਂਜੇ ਦਾ ਸੀਗਾ ਜਨਮ ਦਿਨ ਦੋ ਦਿਨ ਪਹਿਲਾਂ ਸੋ ਵਰਕਿੰਗ ਡੇ ਹੋਣ ਦੇ ਚੱਕਰ 'ਚ ਆਪਾਂ ਕਿਤੇ ਗਏ ਨਹੀਂ ਜਾਂ ਕਿਤੇ ਇੰਜੋਏ ਨਹੀਂ ਕੀਤਾ ਸੋ ਹੁਣ ਜਵਾਕ ਨੇ ਜਿੱਦ ਫੜੀ ਹੈ ਕਹਿੰਦਾ ਵੀ ਮੈਨੂੰ ਲੈ ਕੇ ਚਲੋ ਸੋ ਹੁਣ ਚੱਲੇ ਐਂਬੀਅੰਸ ਮੋਲ ਘੁੰਮਦੇ ਫਿਰਦੇ ਆ ਤੁਹਾਨੂੰ ਨਜ਼ਾਰੇ ਦਿਖਾਵਾਂਗੇ ਅਤੇ ਬੋਲਿੰਗ ਦਾ ਮੂਡ ਹੈਗਾ ਅੱਜ ਕਰਨ ਦਾ ਬੋਲਿੰਗ ਦੇਖਦੇ ਹਾਂ ਲਾਸਟ ਟਾਈਮ ਅਸੀਂ ਗਏ ਸੀ ਅਤੇ ਬੜੀ ਕੀ ਨਾਮ ਹੈ ਵੇਟਿੰਗ ਬੜੀ ਸੀਗੀ ਅਤੇ ਟਾਈਮ ਬੜਾ ਲੱਗ ਗਿਆ ਸੀਗਾ ਪਰ ਹੁਣ ਜਾ ਕੇ ਦੇਖਦੇ ਹਾਂ ਅੱਜ ਫਿਰ ਸੰਡੇ ਆ ਪਿਛਲੀ ਵਾਰ ਵੀ ਆਈ ਥਿੰਕ ਸੰਡੇ ਨੂੰ ਗਏ ਸੀਗੇ ਬਟ ਆ ਗਈ ਸੀ ਵਾਰੀ ਸੋ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਬੋਲਿੰਗ ਦੀ ਡਿਟੇਲ ਸਾਰੀਆਂ ਸ਼ੇਅਰ ਕੀਤੀਆਂ ਜਾਣ ਅਤੇ ਅੱਜ ਥੋੜ੍ਹੇ ਜਿਹੇ ਤਬੀਅਤ ਵੀ ਸੈੱਟ ਨਹੀਂ ਗਈ ਸਰਵਾਈਕਲ ਦੀ ਪ੍ਰੋਬਲਮ ਹੋ ਰਹੀ ਬਹੁਤ ਦਿਨਾਂ ਤੋਂ ਅਤੇ ਜ਼ੁਕਾਮ ਬੁਖਾਰ ਵੀ ਚੱਲਦਾ ਹੋਇਆ ਬਟ ਕੀ ਕਰੀਏ ਜਵਾਕ ਦੀ ਜੇ ਅੱਧਾ ਘੁੰਮਣ ਜਾਣਾ ਫਿਰ ਘੁੰਮਣ ਜਾਣਾ ਹੀ ਪੈਣਾ ਅਤੇ ਅੱਜ ਬੜੇ ਦਿਨਾਂ ਬਾਅਦ ਕੁੜਤਾ ਪਜਾਮਾ ਵੀ ਪਾਉਣ ਲੱਗਿਆ ਮੈਨੂੰ ਲੱਗਦਾ ਆਈ ਥਿੰਕ 2-2.5 ਸਾਲ ਬਾਅਦ ਮੈਂ ਕੁੜਤਾ ਪਜਾਮਾ ਪਾਉਣ ਲੱਗਾ ਅੱਗੇ ਬਹੁਤ ਪਹਿਲਾਂ ਪਾਉਂਦਾ ਹੁੰਦਾ ਸੀ ਜਦੋਂ ਕੋਲਜ ਜਾਈਦਾ ਸੀਗਾ ਉਸ ਤੋਂ ਬਾਅਦ ਤਾਂ ਛੱਡਤਾ ਸੀ ਪਾਉਣਾ ਸੋ ਮੈਂ ਕਹਿੰਦਾ ਇੱਕ ਅਲੱਗ ਜਿਹੀ ਫੀਲਿੰਗ ਹੁੰਦੀ ਕੁੜਤਾ ਪਾ ਕੇ ਸੋ ਤੁਹਾਨੂੰ ਫੋਟੋਆਂ ਵੀ ਸ਼ੇਅਰ ਕਰਾਂਗੇ ਇੰਸਟਾਗ੍ਰਾਮ ਸਨੈਪਚੈਟ 'ਤੇ ਅਤੇ ਜਿਨ੍ਹਾਂ ਨੇ ਮੇਰੇ ਸੋਸ਼ਲ ਮੀਡੀਆ ਹੈਂਡਲਸ ਨੂੰ ਫੋਲੋ ਨਹੀਂ ਕੀਤਾ ਉਹ ਫੋਲੋ ਜ਼ਰੂਰ ਕਰ ਲਿਆ ਸੋਸ਼ਲ ਮੀਡੀਆ ਹੈਂਡਲਸ ਤਾਂ ਕਿ ਮੇਰੇ ਲਾਈਫ ਦੀ ਡੇਲੀ ਅਪਡੇਟ ਤੁਹਾਨੂੰ ਸਾਰਿਆਂ ਨੂੰ ਮਿਲਦੀ ਰਹੇ ਬਾਕੀ ਹੁਣ ਚੱਲਦੇ ਹਾਂ ਜੀ ਅਤੇ ਉਹ ਮਗਰ ਆਪਣਾ ਰੈੱਡ ਲੀਫ ਅਤੇ ਆਪਾਂ ਵੀ ਰੈੱਡ ਲੀਫ ਬਣ ਕੇ ਜਾਣਾ ਲਾਲ ਪੱਗ ਬੰਨੀ ਚਿੱਟਾ ਕੁੜਤਾ ਪਜਾਮਾ ਬਾਕੀ ਦੇਖਦੇ ਹਾਂ ਕੀ ਬਣਦਾ ਆਰੋ ਚੱਲੀਏ ਚਲੋ ਚੱਲੀਏ ਅਤੇ ਆਪਾਂ ਜਾ ਰਹੇ ਹਾਂ ਆਪਣੇ ਦੁੱਗ ਦੁੱਗ 'ਤੇ ਓਹ ਕਾਓ ਮਾਤਾ ਖੜੀ ਕਾਓ ਮਾਤਾ ਆ ਜਾ ਵੀ ਆ ਜਾ ਤੈਨੂੰ ਬੜੇ ਦਿਨਾਂ ਬਾਅਦ ਚਲਾਉਣਾ ਅੱਜ ਚਲੋ ਚੱਲੀਏ ਗੱਡੀ ਚੱਕਾਂਗੇ ਭਾਂਜੇ ਕਰੋ ਭਾਂਜੇ ਨੂੰ ਚੱਕਾਂਗੇ ਫਿਰ ਚੱਲਦੇ ਹਾਂ ਨਾਲ ਚੱਲੇਗਾ ਹੈਂ ਚੱਲੀਏ ਉਹ ਆ ਚੱਲੀ ਚੱਲ ਕਿੱਥੇ ਜਾਣਾ ਮੋਲ ਜਾਣਾ ਮੋਲ ਮੋਲ ਕੁਤੀੜ ਅਲਾਊਡ ਨਹੀਂ ਗੀ ਕਿ ਮੈਂ ਕੁਤੀੜ ਥੋੜ੍ਹਾ ਯਾਰ ਮੈਂ ਤਾਂ ਜਵਾਕ ਹਾਂ ਤੁਹਾਡਾ ਹੈਨਾ ਚੱਲ ਚੱਲ ਬੋਲ ਕਿੱਥੇ ਤੇਰੀ ਬੋਲ ਚਲੋ 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 ਓਏ ਓਏ ਰੋਣਾ ਨੀਗਾ ਅਨੂਰੀ ਮੇਰਾ ਤੇਰਾ ਵਲੋਗ ਬਣ ਚੱਲਦੇ ਆ ਹੀ ਸਿਰ ਖਿਲਦੇ ਆ ਜਾਪੇ ਜਿਵੇਂ ਚੱਲਦੇ ਆ ਚੱਪਦੇ
तू यूट्यूबर है ना? पार्टी तो 100 देगा, कैमरा घुमाता मैं, चल रहा है तू पार्टी देगा, बर्थडे तनूर का, पैसे तनूर से ले गया, नूर तो नूर ही पैसे लाऊंगा सारे, इधर पे देना है, अलग अलग आप पे बना वीडियो, वो है, एस्केलेटर, अलग आप पे बना वीडियो, यूट्यूब पर है ना, बना इधर पे देना, कितने बजूंगा Thousand years later. चलो ये बोलिंग वाले पास चले हैं, पहला बुकिंग कराई है ये पिछली बार आंगू मिले ना हमारी ना वे पहला बोलिंग वाला काम जरूरी है फिर बाकी काम बता नुकम होने हैं मॉल मॉल का मैं तो मैं है मॉल वाले तो ये बहुत वाले को मैं है ना तानु बोलिंग वाले यार दिखाने आ जाओ ओए किधर पर जाना ठाठा करा दे रही अरे ठाठा मार दे मार दे मुक गई है कि है अच्छा 32 सेकंड भाई वाले 10 9 8 अच्छा स्टार्ट टाइम आऊंगा दोबारा बोलिंग की बुकिंग भी कराए थे गेम खेड है की खेडे आप
ਇੱਕ ਤਾਂ ਬੰਦੂਕ ਵਾਲੀ ਕਾਰ ਰੇਸ ਖੇਡੀ, ਬਾਸਕਟਬਾਲ ਵੀ ਫੁੱਲ ਸੀ, ਕ੍ਰਿਕਟ ਵੀ ਫੁੱਲ ਸੀਗਾ, ਹੋਰ ਕਿਹੜੀ ਹੁੰਦੀ ਗੋ ਕਾਰਟ ਹੁੰਦੀ, ਗੋ ਕਾਰਟ ਕਹਿੰਦੇ ਹੁਣ ਉਹ ਜਿਹੜੀ ਕਾਰਾਂ ਜੀ ਨਹੀਂ ਚੱਲਦੀ ਹੁੰਦੀ ਫਰਸ਼ 'ਤੇ, ਉਹ ਵੀ ਫੁੱਲ ਸੀ। ਸੰਡੇ ਕਰਕੇ ਗਾਹ ਪਿਆ ਆਪਣਾ, ਹੁਣ ਖਾ ਪੀ ਕੇ ਨਾ ਫਿਰ ਕਰਦੇ ਕੰਟੀਨਿਊ, ਅਤੇ ਹੋਪਫੁਲੀ ਬੋਲਿੰਗ ਦੀ ਵਾਰੀ ਆ ਜਾਵੇ। ਜਿਹੜਾ ਤੁਹਾਡਾ ਨਵਾਂ ਵਾ ਕਿਤਾ ਬੋਲਿੰਗ ਤੁਹਾਨੂੰ ਦਿਖਾ ਦਈਏ। ਅਤੇ ਰੇਟ ਕੀ ਸੱਚ ਬੋਲਿੰਗ ਦਾ? ਸਾਢੇ 300 ਰੁਪਏ ਹੈਗਾ ਪਰ ਪਰਸਨ। ਅਤੇ ਕਿੰਨੇ ਜਣੇ ਖੇਡ ਸਕਦੇ ਇੱਕ ਵਾਰੀ? 5-6 ਜਣੇ ਖੇਡ ਸਕਦੇ, 5-6 ਜਣੇ ਖੇਡ ਸਕਦੇ, ਚਾਰਟ ਹੁੰਦਾ ਪੂਰਾ ਗੇਮ ਲੱਗ। ਵਧੀਆ, ਪਿਛਲੀ ਵਾਰੀ ਆਪਾਂ 4 ਜਣੇ ਖੇਡ ਕੇ ਗਏ ਸੀ, ਵਧੀਆ ਸੀਗਾ, ਘੈਂਟ ਸੀਗਾ। ਹੁਣ ਬੈਠੇ ਹਾਂ ਬਾਹਰ, ਪੀਜ਼ਾ ਹੱਟ ਵਿਹਲਾ ਹੋਊਗਾ, ਫਿਰ ਜਾਵਾਂਗੇ ਅੰਦਰ ਪੀਜ਼ੇ ਪੂਜੇ ਖਾ ਕੇ। ਰੇਟ ਪੂਜਾ ਵੀ ਜ਼ਰੂਰੀ ਆ, ਭੁੱਖੇ ਨਹੀਂ ਖੇਡਿਆ ਜਾਣਾ। ਬਹੁਤ ਚੱਲਦੇ ਹਾਂ ਅੰਦਰ ਆ ਜਾਓ। ਗੇਮ ਵਾਲੇ 'ਚ ਪੀਜੇ ਪੂਜੇ ਖਾ ਕੇ, ਅਤੇ 10 ਮਿੰਟਾਂ ਨੂੰ ਵਾਰੀ ਆਉਣ ਵਾਲੀ ਆ ਬੋਲਿੰਗ ਦੀ। ਪਤਾ ਨਹੀਂ ਮੇਰੀ ਆਵਾਜ਼ ਆਉਂਦੀ ਵੀ ਨਹੀਂ ਆਉਂਦੀ ਤੁਹਾਨੂੰ, ਪਰ ਰੌਲਾ ਹੋਵੇ ਇੱਥੇ। ਅਤੇ ਬਾਕੀ ਆਪਾਂ ਬੈਠੇ ਹਾਂ ਨਿਆਣੇ ਨਾਲ ਸਾਈਡ 'ਤੇ, ਵੇਟ ਕਰਦੇ ਹਾਂ ਵੀ ਵਾਰੀ ਆਵੇ। ਬਾਕੀ ਇਹਨਾਂ ਨਾਲ ਬਣੇ ਰਹੋ, ਤੁਹਾਨੂੰ ਬੋਲਿੰਗ ਕਰਕੇ ਦਿਖਾਵਾਂਗੇ। ਪਤਾ ਨਹੀਂ ਕੌਣ ਜਿੱਤਦਾ, ਪਿਛਲੀ ਵਾਰੀ ਕੌਣ ਜਿੱਤਿਆ ਸੀਗਾ? ਮੈਂ ਥਰਡ ਆਇਆ ਸੀ, ਪਰ ਵਧੀਆ ਸੀ ਬਿਜਲੀ ਦੀ ਘੈਂਟ ਦੀ ਕੰਮ। ਹੁਣ ਦੇਖਦੇ ਹਾਂ ਅੱਜ ਕੀ ਬਣਦਾ ਗੇਮ 'ਚ। ਆਇਓ 9 ਨੰਬਰ 7 ਨੰਬਰ ਖਲ ਗਈ ਆ ਸਾਰੀਆਂ। ਲਓ ਜੀ ਵਾਰੀ ਆ ਗਈ ਸਾਡੀ ਬੋਲਿੰਗ ਦੀ, ਤੁਹਾਨੂੰ ਦਿਖਾਉਂਦੇ ਹਾਂ ਸਾਰੇ। ਤੇਰੇ 8 ਨੰਬਰ ਹੈ, ਮੇਰੇ 9, ਪਹਿਲੇ 'ਚ 9 ਗਈਆਂ, ਇੱਕ ਇੱਕ ਵਾਰੀ ਸਾਰਿਆਂ ਨੇ ਚੱਲ ਲਈ ਅਸੀਂ। ਆਜੋ ਦਿਖਾਵਾ, ਦੋ ਰਹਿ ਗਈਆਂ, 2 ਪੁਆਇੰਟ ਆਉਂਦੇ ਪਏ, ਮੇਰੇ 9 ਹੈ। ਚਲੋ ਜੀ, ਚਲੋ ਚਲੋ ਜੀ, ਚੌਥਾ ਪਲੇਅਰ ਆ ਗਿਆ। ਚਲੋ ਟਰਾਈ ਤਾਂ ਨਹੀਂ ਹੋਈ, 3 ਰਹਿ ਗਈਆਂ, 7-7। अबे साले कभी मैं मत मा। मेरे 16, चल भी चल 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 चल, ਦੋ ਮੇਰ ਵੀ ਰਹਿ ਗਏ ਯਾਰ। 16-16-22 ਤੇ ਹੋ ਗਏ 7, ਆਹ ਖਾਲੀ ਗਿਆ, ਬਾਊਲ ਹੋ ਗਿਆ, ਬਾਊਲ ਹੋ ਗਿਆ, ਬਾਊਲ। ਚਲੋ ਇਹਨੂੰ ਚਲੋ, ਮੇਰੇ ਮੇਰੇ ਹੋ ਗਏ, ਆਵਾਜ਼ ਕਿੱਥੇ ਆ? ਇਹ ਕੋਲ ਆ, ਆਹ ਪਾਈ ਆ, ਸਾਡੇ ਦੋਨਾਂ 16-16।
ਦੇਖੋ ਕਿਵੇਂ ਕੌਣ ਜਿੱਤਦਾ ਹਾਲੇ ਤਾਂ ਪਹਿਲੀ ਵਾਰੀ ਚੱਲਦੀ ਸੋਲਾਂ ਹੋ ਗਏ ਬਰਾਬਰ ਪਿੱਛੇ ਇੱਕ ਹੋਏ ਪੂਰਾ ਫਸਵਾਂ ਮੈਚ ਆਇਆ ਮੈਂ 75 ਮੇਰੇ 71 ਭਰਾ ਦੇ 69 ਹੈਗੇ ਆ ਭੈਣ ਦੇ 70 ਹੈਗੇ ਆ ਜੀਜਾ ਦੇ ਮੇਰੀ ਆਵਾਜ਼ ਪਤਾ ਨਹੀਂ ਆਉਂਦੀ ਕਿਹਨਾਂ ਤੁਹਾਨੂੰ ਇੱਕ ਤਾਂ ਕੋਰੀਅਨ ਦੇ ਗਾਣੇ ਚਲਾਏ ਹੋਏ ਇਹਨਾਂ ਨੇ ਨਾਲੇ ਚੀਨੇ ਜੇ ਇਕੱਠੇ ਕੀਤੇ ਅੱਛਾ ਨੂਰ ਦੀ ਬਾਰੇ ਆ ਗਈ ਨੂਰ ਦੀ ਚਲੋ ਚਲੋ ਆਰਾਮ ਨਾਲ ਚੱਲੀ ਚੱਲ ਵੀ ਚੱਲ 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 ਚਲੋ ਚਲੋ ਉਹ ਅੱਗੇ ਭੇਜਦੇ ਬਾਈ ਗੱਲ ਨਹੀਂ ਅੱਗੇ ਭੇਜਦੇ ਹੋਰ ਕੀ ਅੱਗੇ ਭੇਜ ਦੋ ਤੁਸੀਂ ਦੋਨੇ ਥਰਡ ਤੇ ਫੋਰਥ ਆਏ ਚੱਲ ਵੀ ਨੂਰ ਖਤਮ ਹੋ ਗਿਆ ਚੋਕਲੇਟ ਵਧੀਆ ਗੁੱਡ ਫੋਰ ਹਾਰਟ ਹੋਪਫੁਲੀ ਵਿੱਚ ਸਾਨੂੰ ਤੁਹਾਨੂੰ ਸਾਰਿਆਂ ਨੂੰ ਅੱਜ ਦਾ ਵਲੋਗ ਵਧੀਆ ਲੱਗਿਆ ਹੋਊਗਾ ਉੱਚਾ ਦਾਵ ਕਰ ਲਈਏ ਕਿਉਂਕਿ ਚੋਕਲੇਟ ਲੱਗ ਗਈ ਆ ਅਤੇ ਮਿਲਦੇ ਹਾਂ ਕਿਤੇ ਹੋਰ ਅਗਲੇ ਵਲੋਗ 'ਚ ਪਾਰਕ ਜਾ ਕੇ ਆਪਾਂ ਹੁਣ ਚੱਲੇ ਘਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਪ੍ਰੈਸ ਬੈਲ ਆਈਕਨ ਨਵੇਂ ਵਲੋਗ ਦੇਖਣ ਲਈ ਮਿਲਦੇ ਹਾਂ ਜੀ ਬਹੁਤ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ